ਇੱਕ ਸ਼ੋਰੂਮ ਦੇ ਵਿੱਚ ਜਦੋਂ ਅਫੜਾ ਦਫੜੀ ਮਚ ਗਈ ਜਦੋਂ ਸ਼ੋਰੂਮ ਦੀ ਲਿਫਟ ਅਚਾਨਕ ਟੁੱਟ ਗਈ ਤੇ ਚੌਥੀ ਮੰਜ਼ਲ ਤੋਂ ਹੇਠਾਂ ਡਿੱਗ ਗਈ ਜਿਸ ਦੇ ਵਿੱਚ ਕੁਝ ਲੋਕ ਵੀ ਸਵਾਰ ਸਨ ਜੋ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋਏ ਨੇ ਦੱਸਿਆ ਜਾ ਰਿਹਾ ਹੈ ਕਿ ਇਸ ਲਿਫਟ ਦੀ ਹਾਲਤ ਕਾਫੀ ਖਸਤਾ ਸੀ ਅਤੇ ਸ਼ੋਰੂਮ ਦੇ ਮਾਲਕ ਨੂੰ ਕਈ ਵਾਰ ਸ਼ਿਕਾਇਤ ਦਿੱਤੀ ਜਾ ਚੁੱਕੀ ਸੀ ਪਰ ਇਸ ਦੀ ਮੁਰੰਮਤ ਨਹੀਂ ਕਰਵਾਈ ਗਈ ਜਿਸ ਕਰਕੇ ਵੱਡਾ ਹਾਦਸਾ ਵਾਪਰਿਆ ਇਸ ਲਿਫਟ ਦੇ ਵਿੱਚ ਦੋ ਕਰਮਚਾਰੀ ਸਵਾਰ ਸਨ ਜੋ ਟੀਵੀ ਲੈ ਕੇ ਆ ਰਹੇ ਸਨ अचानक ही लिफ्ट टूट गई तो चौथी मंजिल तो सीधा जमीन ते जा टिकी दोवे कर्मचारी गंभीर रूप ते नाल जख्मी हुए ने हड्डियां तक टूट गईयां ने दोनों जख्मी कर्मचारियों नूं हस्पताल दे विच भर्ती करवाया गया है। यह मामला खन्ना दे मलेरकोटला रोड ते बने एक इलेक्ट्रॉनिक शोरूम दा है जिथे लिफ्ट अचानक टूट गई ते दो कर्मचारी बुरी तरह दे नाल जख्मी हो गए क्योंकि इस लिफ्ट के विचों ही दो कर्मचारी मौजूद सन जो टीवी हेठा लेके आ रहे सन ता अचानक लिफ्ट डिगन दे नाल धमाका हुंदा है धमाका सुनन तो बाद लोकां दे विच भी अफड़ा तफड़ी मच जांदी है तुरंत इन्हां दो जख्मी कर्मचारियों नूं निजी हस्पताल दे विच दाखिल करवाया जांदा है जिथे ओह दस्सिया जा रहा है कि उन्हां दीआं लत्तां दीआं हड्डियां वी टुट चुकियां ने हालांकि उत्थे होर कर्मचारियों ने दस्सिया है कि इह लिफ्ट पहलां वी कई वार खराब हो चुकी है मालक नूं कई वार शिकायत भी दित्ती जा चुकी है पर मुरम्मत नहीं करवाई जा रही इसे कारण ही ए हादसा वापरिया ए हादसा होर वड्डा हो सकदा सी जान भी जा सकती सी पर गनीमत रही है कि दोनों कर्मचारी जख्मी हुए ने हस्पताल च जेरे इलाज ने किसी तरह का कोई जानी नुकसान नहीं होया फिलहाल पुलिस नूं शिकायत दित्ती गई है अते पुलिस अपनी कार्रवाई कर रही है अज खन्ना दे विच मरेकोला रोड जिहड़ा चीमा चौंक आ मनदीप होस्पिटल दे नाल इक नेहा इलैक्ट्रॉनिक दी शॉप आ बहुत वड्डी ओह तकरीबन पंज मंजिला जिहड़ी हैगी आ शॉप उत्थे जिहड़े मुंडे वर्कर काम करदे सीगे इक नवजोत आ मुंडे दा नाम ओह पिंड रोणो दे रहने वाला रोणो खुरद दा इक गुरबख्श सिंह आ खन्ना दा रहने वाला उन्हां दे कहण दे मुताबक भी असीं काम जिहड़ा उपर सीगे टीवी उपरों पुराने नीचे थले लिया रहे सीगे ਜਦੋਂ ਅਸੀਂ ਆ ਰਹੇ ਸੀ ਤਾਂ ਲਿਫਟ ਇੱਕੋ ਲਖਤ ਜਿਹੜੀ ਸੀਗੀ ਉਹ ਨੀਚੇ ਆ ਕੇ ਗਿਰ ਗਈ ਬਹੁਤ ਜ਼ੋਰ ਨਾਲ ਖੜਕਾ ਹੋਇਆ ਉਹਨਾਂ ਦੇ ਨਾਲ ਉਹਨਾਂ ਦੀ ਲੱਤ ਵੀ ਟੁੱਟ ਗਈ ਜਿਹੜੀ ਹੈਗਾ ਇੱਕ ਉਹਨਾਂ ਦੀ ਜਿਹੜੀ ਪੈਰ ਦੀ ਹੱਡੀ ਆ ਉਹ ਵੀ ਟੁੱਟ ਗਈ ਅਤੇ ਜਿਹੜੀ ਉਹਨਾਂ ਦੀਆਂ ਢੂਹੀ ਦੇ ਵਿੱਚ ਨੇ ਉਹ ਵੀ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਨੇ ਉਹ ਬਹੁਤ ਹੀ ਜਿਹੜੀ ਗੰਭੀਰ ਹਾਲਤਾਂ ਦੋਹਾਂ ਦੀ ਜ਼ਿਆਦਾ ਇਸ ਲਈ ਉਹਨਾਂ ਦੇ ਕਹਿਣ ਦੇ ਮੁਤਾਬਕ ਵੀ ਜਿਹੜੀ ਲਿਫਟ ਸੀਗੀ ਇਹ ਪਹਿਲਾਂ ਵੀ ਇੱਕ ਦੋ ਵਾਰ ਇਸ ਤਰ੍ਹਾਂ ਹੋਈ ਆ ਵੀ ਜੇਕਰ ਜਿਹੜੀ ਲਿਫਟ ਸੀਗੀ ਉਹਨੂੰ ਰਹਿੰਦੇ ਸਮੇਂ ਹੀ ਜਿਹੜਾ ਮਾਲਕ ਆ ਸਹੀ ਕਰਵਾ ਲੈਂਦਾ ਤਾਂ ਅੱਜ ਉਹਨਾਂ ਦੇ ਜਿਹੜੀਆਂ ਸੱਟਾਂ ਸੀਗੀਆਂ ਨਾ ਲੱਗਦੀਆਂ ਅਤੇ ਹੁਣ ਉਹਨਾਂ ਨੂੰ ਤਕਰੀਬਨ 2-2.5 ਘੰਟੇ ਹੋ ਗਏ ਗਿਰਿਆਂ ਨੂੰ ਵੀ 5 ਵੱਜ ਚੁੱਕੇ ਨੇ 2:30 ਵਜੇ ਦਾ ਹੈਗਾ ਉਹਨਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਤਾਂ ਲਿਆਂਦਾ ਗਿਆ ਕਿਉਂਕਿ ਉਹਦੇ ਘਰਦੇ ਨੂੰ ਬੁਲਾਇਆ ਗਿਆ ਉਹਨਾਂ ਦੇ ਘਰਦਿਆਂ ਨੇ ਫਿਰ ਸਿਵਲ ਹਸਪਤਾਲ ਨਹੀਂ ਪਹਿਲਾਂ ਤਾਂ ਉਹਨਾਂ ਨੂੰ ਪ੍ਰਾਈਵੇਟ ਹਸਪਤਾਲ ਦੇ ਵਿੱਚ ਲਈ ਫਿਰੀ ਗਏ ਨੇ ਉਸ ਕਰਕੇ ਜਿਹੜਾ ਉਹਦਾ ਇਲਾਜ ਆ ਉਹਦੇ ਵਿੱਚ ਦੇਰੀ ਹੋਈ ਆ ਅਤੇ ਹੁਣ ਸਿਵਲ ਹਸਪਤਾਲ ਦੇ ਵਿੱਚ ਲੈ ਕੇ ਆਉਂਦਾ ਉਹਨਾਂ ਨੂੰ ਅਤੇ ਇੱਥੇ ਡਾਕਟਰ ਸਾਹਿਬ ਨੇ ਆਪਣੇ ਉਹਨਾਂ ਨੂੰ ਜਿਹੜਾ ਇੱਥੇ ਹੈਗਾ ਅੱਗੇ ਰੈਫਰ ਕਰਤਾ ਉਹ ਕਹਿੰਦੇ ਵੀ ਮੈਂ ਆਪਣੇ ਵਾਰਡ ਦੇ ਵਿੱਚ ਰੈਫਰ ਕਰਦਾ ਕੱਲ੍ਹ ਨੂੰ ਦੇਖਦੇ ਹਾਂ ਵੀ ਇਹਨਾਂ ਦੀ ਲੱਤ 'ਤੇ ਕਿੰਨੀ ਕੁ ਸੱਟ ਲੱਗੀ ਹੋਈ ਆ ਪਹਿਲਾਂ ਸਕੈਨਾਂ ਹੋਣਗੀਆਂ ਫਿਰ ਉਸ ਤੋਂ ਬਾਅਦ ਜਿਹੜਾ ਅੱਗੇ ਇਹਦਾ ਪ੍ਰੋਪਰ ਇਲਾਜ ਕੀਤਾ ਜਾਊਗਾ ਅਤੇ ਤੁਸੀਂ ਕੀ ਮੰਗ ਕਰਦੇ ਹੋ ਅੱਗੇ ਇਹਨਾਂ ਤੋਂ ਦੇਖੋ ਮੰਗ ਤਾਂ ਇਹ ਹੈ ਵੀ ਜਿਹੜਾ ਗਿਰਿਆ ਇਹ ਵੀ ਕੋਈ ਤਕੜੇ ਕਰਦਾ ਨਹੀਂ ਗਰੀਬ ਆ ਜਿਹੜਾ ਨਾਲ ਇਹਦੇ ਇੱਕ ਹੋਰ ਗਿਰਿਆ ਗੁਰਬਖਸ਼ ਸਿੰਘ ਉਹ ਵੀ ਗਰੀਬ ਕਰਦਾ ਇਹਨਾਂ ਦਾ ਜਿਹੜਾ ਪ੍ਰੋਪਰ ਇਲਾਜ ਹੋਣਾ ਚਾਹੀਦਾ ਅਤੇ ਅੱਗੇ ਤੋਂ ਜਿਹੜੀਆਂ ਵੀ ਇਹ ਲਿਫਟਾਂ ਨੇ ਲੱਗੀਆਂ ਹੋਈਆਂ ਇਹਨਾਂ ਦੀ ਸਮੇਂ-ਸਮੇਂ ਤੇ ਜਿਹੜੀ ਹੈਗੀ ਆ ਇਹਨਾਂ ਦੀ ਮੁਰੰਮਤ ਹੋਣੀ ਚਾਹੀਦੀ ਆ ਤਾਂ ਜੋ ਕਿ ਅੱਗੇ ਤੋਂ ਵੀ ਕੋਈ ਵੀ ਜਿਹੜਾ ਵਿਅਕਤੀ ਆ ਉਹਦੇ ਨਾਲ ਕੋਈ ਵੀ ਵਰਕਰ ਆ ਉਹਦੇ ਨਾਲ ਐਡਾ ਬੜਾ ਹਾਦਸਾ ਨਾ ਹੋਵੇ ਕਿਉਂਕਿ ਅੱਜ ਇਹਨਾਂ ਦੀ ਇੱਕ ਜ਼ਿੰਦਗੀ ਮੌਤ ਦੀ ਜਿਹੜੀ ਆ ਉਹ ਲੜਾਈ ਦੇ ਨਾਲ ਜੂਝ ਰਹੇ ਨੇ ਕਿਉਂਕਿ ਸੱਟ ਬਹੁਤ ਜ਼ਿਆਦਾ ਲੱਗੀ ਹੋਈ ਆ ਇਸ ਕਰਕੇ ਅਸੀਂ ਮਾਲਕ ਨੂੰ ਵੀ ਇਹੀ ਗੁਜ਼ਾਰਿਸ਼ ਕਰਦੇ ਹਾਂ ਵੀ ਇਹਨਾਂ ਦਾ ਇਲਾਜ ਕਰਾਵੇ ਅਤੇ ਆਪਣੀ ਜਿਹੜੀ ਲਿਫਟ ਆ ਉਹਨੂੰ ਪ੍ਰੋਪਰ ਢੰਗ ਦੇ ਨਾਲ ਠੀਕ ਕਰਵਾਵੇ ਅਤੇ ਮਾਲਕ ਨਾਲ ਖੜੇ ਨੇ ਜੀ ਮਾਲਕ ਹੁਣ ਨਾਲ ਆਏ ਨੇ ਕਹਿੰਦੇ ਨੇ ਇਲਾਜ ਕਰਾਉਂਦੇ ਹਾਂ ਪਰ ਅੱਗੇ ਦੇਖੋ ਕੀ ਹੋ ਰਿਹਾ ਵੀ ਇਲਾਜ ਕਰਾਉਂਦੇ ਨੇ ਕਿ ਨਹੀਂ ਕਰਾਉਂਦੇ ਡਾਕਟਰ ਸਾਹਿਬ ਨੇ ਜਿਹੜੀ ਪੁਲਿਸ ਨੂੰ ਆ ਰੋਕਾ ਭੇਜ ਦਿੱਤਾ